ਗੱਦੀ ਨਸ਼ੀਨ ਸ਼੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਕਰਮੋ ਦਿਓੜੀ ਦੇ ਪੀਠਾਧੀਸ਼ਵਰ ਮਹੰਤ ਅਨੰਦਦਾਸ ਜੀ ਮਹਾਰਾਜ ਨੇ ਨਿਊ ਅੰਮ੍ਰਿਤਸਰ ਵਿਖੇ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਬਣਾਏ ਗਏ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਪੂਜਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ, ਮੀਤ ਪ੍ਰਧਾਨ ਸੁਧੀਰ ਸ਼੍ਰੀਧਰ ਅਤੇ ਕਮੇਟੀ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਪੀਠਾਧੀਸ਼ਵਰ ਮਹੰਤ ਅਨੰਦਦਾਸ ਜੀ ਮਹਾਰਾਜ ਦਾ ਸਵਾਗਤ ਕੀਤਾ। ਇਸ ਮੌਕੇ ਮਹੰਤ ਰਾਘਵਦਾਸ, ਗੁਲਸ਼ਨ ਕੋਹਲੀ, ਰਮਨ ਸਹਿਗਲ, ਮਹਿੰਦਰ ਸ਼ਿੰਗਾਰੀ ਸਮੇਤ ਸੰਗਤਾਂ ਮੌਜੂਦ ਸਨ। ਅੱਜ ਬੜਾ ਸੌਭਾਗਯ ਕਾ ਵਿਸ਼ਾ ਹੈ, ਦੁਰਗਿਆਣਾ ਕਮੇਟੀ ਦੇ ਅੰਦਰ ਮੈਂ ਜੋ ਇਹ ਬ੍ਰਾਂਚ ਯਹਾਂ ਪਰ ਬਣੀ ਹੈ, ਆਜ ਯਹਾਂ ਦਰਸ਼ਨ ਕਰਨੇ ਕਾ ਮੌਕਾ ਮਿਲਾ, ਭਗਵਾਨ ਕੋ ਮੱਥਾ ਟੇਕ ਕੇ ਉਨਕਾ ਆਸ਼ੀਰਵਾਦ ਲਿਆ ਔਰ ਸਾਰੀ ਸੰਗਤ ਕੋ ਬਹੁਤ ਬਹੁਤ ਵਧਾਈ ਦੇਤਾ ਹੂੰ ਔਰ ਸਭੀ ਕੋ ਇਹ ਕਹੂੰਗਾ ਕਿ ਬੜ ਚੜ ਕੇ ਯਹਾਂ ਪਰ ਹਿੱਸਾ ਲੈ ਔਰ ਸੇਵਾ ਕਰੇ। ਪ੍ਰਭੂ ਦੀ ਅਪਾਰ ਕਿਰਪਾ ਨਾਲ ਔਰ ਪੂਜ ਸੰਤਾਂ ਦੇ ਆਸ਼ੀਰਵਾਦ ਨਾਲ ਦੁਰਗਿਆਣਾ ਕਮੇਟੀ ਨੇ ਜਿਹੜਾ ਉਪਰਾਲਾ ਹੱਥ 'ਚ ਲਿਆ ਸੀ, ਇਹ 100 ਸਾਲ ਦੇ ਵਿੱਚ ਇਹ ਪਹਿਲਾ ਮੰਦਿਰ ਹੈ ਜਿਹੜਾ ਦੁਰਗਿਆਣਾ ਕਮੇਟੀ ਬਣਾਉਣ ਜਾ ਰਹੀ ਹੈ। ਇਹ ਸਾਰਾ ਕਿਉਂਕਿ 10 ਸਾਲ ਤੋਂ ਇੱਥੋਂ ਦੀ ਸੰਗਤ ਬਹੁਤ ਹੀ ਪਰੇਸ਼ਾਨ ਸੀਗੀ ਕਿ ਇੱਥੇ ਮੰਦਿਰ ਇੱਕ ਵੀ ਨਹੀਂ ਸੀ ਔਰ 5 ਕਿਲੋਮੀਟਰ ਰੇਡੀਅਸ ਦੇ ਵਿੱਚ 51 ਜਿਹੜੀਆਂ ਨੇ ਉਹ ਕਲੋਨੀਆਂ ਨੇ, ਮੰਦਿਰ ਇੱਕ ਵੀ ਨਹੀਂ। ਅਤੇ ਉਹਨਾਂ ਦੀ ਸਾਰੀ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ, ਜਿਹੜੀਆਂ ਮਾਤਾਵਾਂ, ਭੈਣਾਂ, ਬੇਟੀਆਂ ਜਿਹੜੀਆਂ ਨੇ, ਇਹਨਾਂ ਨੇ ਬਹੁਤ ਜਾਪ ਕੀਤੇ, ਬਹੁਤ ਨਾਮ ਸਿਮਰਨ ਕੀਤੇ ਕਿ ਕਿਸੇ ਤਰੀਕੇ ਮੰਦਿਰ ਬਣ ਜਾਏ ਔਰ ਇਸ ਕਰਕੇ ਕਿਉਂਕਿ 6 ਮਹੀਨੇ ਬਾਅਦ ਫਿਰ ਮੁਹੂਰਤ ਸੀਗਾ, ਇਹ ਅਸੀਂ 5 ਵਿਗ੍ਰਹਿ ਜਿਹੜੇ ਨੇ, ਗਣੇਸ਼ ਜੀ ਮਹਾਰਾਜ, ਸ਼ਿਵ ਪਰਿਵਾਰ, ਹਨੂੰਮਾਨ ਜੀ, ਦੁਰਗਾ ਮਾਤਾ ਜੀ ਔਰ ਸ਼ਨੀਦੇਵ, ਇਹਨਾਂ ਦੀ ਜਿਹੜੀ ਹੈ ਸਥਾਪਨਾ ਜਿਹੜੀ ਹੈ ਉਹ ਮੁਹੂਰਤ ਦੇ ਉੱਤੇ ਇਹਨਾਂ ਸਾਰੀ ਸੰਗਤ ਨੇ ਕਰਵਾਈ ਔਰ ਇਹਦੇ ਕਾਰਨ ਜਿਹੜਾ ਹੈ ਇੱਥੇ ਬਹੁਤ ਹੀ ਲੋਕਾਂ ਨੂੰ ਉਤਸ਼ਾਹ ਹੈ ਔਰ ਅੱਜ ਸਾਡਾ ਬਹੁਤ ਹੀ ਭਾਗਾਂ ਦਾ ਦਿਨ ਹੈ ਕਿ ਜਿਹੜੀ 600 ਸਾਲ ਪੁਰਾਣੀ ਗੱਦੀ ਦੇ ਗੱਦੀ ਨਸ਼ੀਨ ਮਹੰਤ ਜੀ ਸਾਡੇ ਜਿਹੜੇ ਕਿ ਹਮੇਸ਼ਾ ਤੋਂ ਸਾਨੂੰ ਸਨਾਤਨ ਧਰਮ ਦੇ ਵਿੱਚ ਸਾਨੂੰ ਮਾਰਗਦਰਸ਼ਨ ਦਿੰਦੇ ਰਹਿੰਦੇ ਨੇ, ਪੂਜਯ ਮਹੰਤ ਅਨੰਦਦਾਸ ਜੀ ਮਹਾਰਾਜ ਅੱਜ ਸਵੈਮ ਪਧਾਰੇ ਨੇ। ਨਿਊ ਅੰਮ੍ਰਿਤਸਰ ਵਿਖੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਸ਼੍ਰੀ ਦੁਰਗਿਆਣਾ ਕਮੇਟੀ ਦੇ ਸਹਿਯੋਗ ਨਾਲ। ਇਸ ਮੌਕੇ ਗੱਲਬਾਤ ਕਰਦਿਆਂ ਹੋਏ ਦੁਰਗਿਆਣਾ ਕਮੇਟੀ ਦੇ ਜਨਰਲ ਸੈਕਟਰੀ ਅਰੁਣ ਖੰਨਾ ਨੇ ਆਖਿਆ ਕਿ ਜਿਹੜੇ ਨਿਰਮਾਣ ਕੰਮ ਕਰ ਰਹੇ ਹਨ ਉਸ ਵਿੱਚ ਲੋਕ ਸਹਿਯੋਗ ਕਰਨ ਤਾਂ ਜੋ ਜਿਹੜੇ ਕੰਮ ਹੈ ਸਹੀ ਸਮੇਂ 'ਤੇ ਨੇਪੜੇ ਚਾੜੇ ਜਾ ਸਕਣ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਰਕੇਸ਼ ਕੁਮਾਰ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ